ਹੈਲੋ ਦੋਸਤੋ, ਵੈਲਕਮ ਟੂ ਯੂਟਿਊਬ ਚੈਨਲ। ਤਾਂ ਦੋਸਤੋ, ਅੱਜ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ। ਤਾਂ ਦੋਸਤੋ, ਅੱਜ ਮੈਂ ਇੱਕ ਫਿਰ ਤੁਹਾਡੇ ਲਈ ਖਬਰ ਲੈ ਕੇ ਆਇਆ ਵਾਰ ਅਟੈਂਡੈਂਟ ਦੇ ਪੇਪਰ ਦੇ ਰਿਗਾਰਡਿੰਗ। ਤਾਂ ਇਹ ਵਾਲੇ ਜੋ ਖਬਰ ਹੈ ਦੱਸਦੇ ਹੋਏ ਮੈਨੂੰ ਬਹੁਤ ਹੀ ਜ਼ਿਆਦਾ ਨਿਰਾਸ਼ਾ ਮਹਿਸੂਸ ਹੋ ਰਹੀ ਹੈ, ਕਿਉਂਕਿ ਜੋ ਕੈਂਡੀਡੇਟਸ ਨੇ ਤਿਆਰੀ ਕਰ ਰੱਖੀ ਸੀ ਉਹਦੇ ਮੁਤਾਬਿਕ ਜੋ ਹੈ ਪੇਪਰ ਹੁਣ 28 ਤਰੀਕ ਦੀ ਬਜਾਏ ਚੇਂਜ ਕਰ ਦਿੱਤਾ ਗਿਆ। ਬਹੁਤ ਹੀ ਮੈਨੂੰ ਵੀ ਬਹੁਤ ਹੀ ਮਹਿਸੂਸ ਹੋ ਰਿਹਾ ਇਹ ਦੱਸਦੇ ਹੋਏ ਕਿ ਨਵਾਂ ਨੋਟਿਸ ਆ ਚੁੱਕਿਆ ਹੈ ਕਿ 28 ਤਰੀਕ ਨੂੰ ਹੋਣ ਵਾਲਾ ਪੇਪਰ ਜੋ ਹੈ ਉਹ ਪੋਸਟਪੋਨ ਕਰ ਦਿੱਤਾ ਗਿਆ ਹੈ। ਤਾਂ ਆਫੀਸ਼ੀਅਲ ਨੋਟਿਸ ਜੋ ਹੈ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਰਿਹਾ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਰਡ ਅਟੈਂਡੈਂਟ ਦੀਆਂ 800 ਅਸਾਮੀਆਂ ਦੀ ਭਰਤੀ ਲਈ 28 ਨਵੰਬਰ 2020 ਦਿਨ ਸ਼ਨੀਵਾਰ ਨੂੰ ਕਰਵਾਈ ਜਾਣ ਵਾਲੀ ਲਿਖਤੀ ਪ੍ਰੀਖਿਆ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ। ਪ੍ਰੀਖਿਆ ਦੀ ਨਵੀਂ ਮਿਤੀ ਬਾਅਦ ਵਿੱਚ ਘੋਸ਼ਿਤ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਲਈ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ www.bfuhs.ac.in ਤੇ ਦੇਖਦੇ ਰਹਿਣ। ਤਾਂ ਦੋਸਤੋ, ਅਗਲੀ ਜੋ ਹੈ ਡੇਟ ਦੇ ਅਪਡੇਟ ਰਹਿਣ ਲਈ ਤੁਹਾਨੂੰ ਵੈਬਸਾਈਟ 'ਤੇ ਅਪਡੇਟ ਰਹਿਣਾ ਪਏਗਾ, ਜਾਂ ਉਸ ਤੋਂ ਇਲਾਵਾ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਜੋ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਇਸ ਖਬਰ ਦਾ ਪਤਾ ਲੱਗ ਸਕੇ। ਤਾਂ ਦੋਸਤੋ, ਮਿਲਦੇ ਹਾਂ ਅਗਲੇ ਵੀਡੀਓ 'ਚ। ਤਾਂ ਅਗਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਇੱਦਾਂ ਹੀ ਅਪਡੇਟਸ ਮਿਲਦੀਆਂ ਰਹਿਣ ਟਾਈਮ 'ਤੇ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ। ਅਗਰ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ, ਅਤੇ ਕਮੈਂਟ ਕਰਕੇ ਦੱਸਿਓ ਕਿ ਸਾਡੇ ਵੀਡੀਓ ਕਿੱਦਾਂ ਦੇ ਲੱਗ ਰਹੇ ਨੇ। ਬਾਕੀ ਦੇ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ। ਓਕੇ ਦੋਸਤੋ, ਗੁੱਡ ਬਾਏ, ਮਿਲਦੇ ਹਾਂ ਅਗਲੇ ਵੀਡੀਓ 'ਚ।